ਵੀ ਹਜੇ ਅਕਾਲੀ ਦਲ ਦੇ ਤਾਂ ਆਪਣਾ ਖਤਰਾ ਮੰਡਰਾਉਂਦਾ ਪਿਆ, ਅਤੇ ਤੁਸੀਂ ਵਿੱਚ ਜਾ ਕੇ ਇੱਕ ਸੁੱਚਾ ਸਿੰਘ ਲੰਗਾਹ ਨੂੰ ਹੋਰ ਲੈ ਲਓ, ਠੀਕ ਹੈ ਬਈ ਹੁਣ ਕਿੰਤੂ ਪਰੰਤੂ ਕੋਈ ਨਹੀਂ ਹੈ, ਲੇਕਿਨ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਹੈ ਉਹ ਗੱਲ ਨੂੰ ਕਿੱਦਾਂ ਕੱਢੋਗੇ? ਕੌਣ ਕਹਿ ਰਿਹਾ ਬਈ ਤੁਹਾਨੂੰ ਬਈ ਉੱਥੇ ਲਿਆ ਕੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਹ ਸਪੀਚਾਂ ਦੇਵੋ, ਜਦੋਂ ਅੱਜ ਸਿੱਖ ਪੰਥ ਜਿਹੜਾ ਪੰਥਕ ਵੋਟ ਹੈ ਪੰਜਾਬ ਦਾ ਉਹ ਸਾਰਾ ਉਹਦੇ ਨਾਲ ਖੜ੍ਹਾ ਹੋ ਰਿਹਾ, ਅਤੇ ਤੁਸੀਂ ਉਹਦੇ ਖਿਲਾਫ ਅਨਾਪ ਸ਼ਨਾਪ ਦੀ ਬਿਆਨਬਾਜ਼ੀ ਕਰੋ? ਇਹ ਸਲਾਹਾਂ ਮੈਨੂੰ ਨਹੀਂ ਸਮਝ ਆਉਂਦੀ, ਇਹਨਾਂ ਦੇ ਸਲਾਹਕਾਰ ਕੌਣ ਨੇ? ਜਾਂ ਤਾਂ ਕੋਈ ਇੱਦਾਂ ਦੇ ਹੀ ਲੋਕ ਆਸ ਪਾਸ ਆ ਗਏ ਨੇ ਜਿਹੜੇ ਚਾਹੁੰਦੇ ਨੇ ਕਿ ਅਕਾਲੀ ਦਲ ਦਾ ਹੋਰ ਨੁਕਸਾਨ ਹੋਵੇ। ਲੇਕਿਨ ਗੱਲ ਇਹ ਹੈ ਕਿ ਸੁੱਚਾ ਸਿੰਘ ਲੰਗਾਹ ਕਰੇ ਕੀ? ਉਹਨੂੰ ਨਾ ਤਾਂ ਕਾਂਗਰਸ ਨੇ ਲੈਣਾ ਅਤੇ ਨਾ ਉਹ ਕਾਂਗਰਸ ਕੋਲ ਜਾ ਕੇ ਰਾਜੀ ਹੈ, ਅਤੇ ਪੰਥਕ ਪਾਰਟੀ ਉਹਦੇ ਕੋਲ ਬਚਦੀ ਹੈ, ਹੋਰ ਕੋਈ ਰਸਤਾ ਤਾਂ ਬਚਦਾ ਨਹੀਂ। ਜੇ ਰਸਤਾ ਇੱਕੋ ਜਾਂਦਾ ਜਾਂ ਆਪਣਾ ਸਿਆਸੀ ਭਵਿੱਖ ਖਤਮ ਕਰਕੇ ਘਰ ਬੈਠ ਜਾਵੇ। ਡੇਰਾ ਬਾਬਾ ਨਾਨਕ ਦੀ ਚੋਣ ਆਉਣ ਵਾਲੀ ਹੈ, ਅਕਾਲੀ ਦਲ ਨੂੰ ਵੀ ਉਹਦੀ ਲੋੜ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਪਾ ਕੇ ਜਿਹੜਾ ਬੰਦਾ ਸਿੱਖ ਕੌਮ ਦੇ ਜਾਂ ਪੰਥਕ ਪਾਰਟੀ ਜਾਂਦਾ ਉਹ ਦੁਬਾਰਾ ਚੜ੍ਹਦਾ ਨਹੀਂ। ਜਦੋਂ ਸੁੱਚਾ ਸਿੰਘ ਲੰਗਾਹ ਲੋਕਾਂ 'ਚ ਵਿਚਰੇਗਾ ਤਾਂ ਲੋਕਾਂ ਦੇ ਵਿੱਚ ਉਹ ਵੀਡੀਓ ਜ਼ਰੂਰ ਯਾਦ ਆਏਗੀ ਜਿਹੜੀ ਉਹਨਾਂ ਨੇ ਦੇਖੀ ਹੈ, ਬਈ ਅੰਮ੍ਰਿਤਧਾਰੀ ਸਿੱਖ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਇਹਨਾਂ ਦਾ ਬੇਟਾ ਡਰੱਗ ਦੇ ਵਿੱਚ ਪਕੜਿਆ ਜਾ ਚੁੱਕਾ, ਪੰਜਾਬ ਡਰੱਗ ਦੇ ਨਾਲ ਲੜਾਈ ਲੜ ਰਿਹਾ, ਪਾਰਟੀ ਨੂੰ ਵੀ ਉਹਨਾਂ ਦੀ ਲੋੜ ਸੀ। ਮੈਂ ਕਹਾਂ ਕਿ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਸੀ, ਅਤੇ ਦੋਨਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਸੁੱਚਾ ਸਿੰਘ ਲੰਗਾਹ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਨੇ ਸਵਾਲ ਖੜ੍ਹੇ ਕਰ ਦਿੱਤੇ ਨੇ, ਔਰ ਇਹ ਸਵਾਲ ਇੰਨੇ ਜ਼ਿਆਦਾ ਵੱਧਦੇ ਜਾ ਰਹੇ ਨੇ ਜਿਨ੍ਹਾਂ ਦੀ ਚਪੇਟ ਦੇ ਵਿੱਚ ਕਾਰਜਕਾਰੀ ਪ੍ਰਧਾਨ ਸਰਦਾਰ ਭੁੰਦੜ ਵੀ ਆਉਂਦੇ ਜਾ ਰਹੇ ਨੇ, ਜਿਨ੍ਹਾਂ ਦੀ ਲਪੇਟ ਦੇ ਵਿੱਚ ਅਕਾਲੀ ਦਲ ਦਾ ਭਵਿੱਖ ਵੀ ਆ ਰਿਹਾ, ਸੁਖਬੀਰ ਸਿੰਘ ਬਾਦਲ ਵੀ ਆ ਰਹੇ ਨੇ। ਬੜੇ ਸਾਰੇ ਪਹਿਲੂ ਇਸ ਮਾਮਲੇ ਦੇ ਉੱਭਰ ਕੇ ਸਾਹਮਣੇ ਆਉਂਦੇ ਪਏ ਹੈ, ਔਰ ਖਾਸ ਕਰਕੇ ਕੁਝ ਗੱਲਾਂ ਮਖਸੂਸ ਮੇਰੇ ਨਾਲ ਇਸੇ ਚੀਜ਼ ਬਾਰੇ ਡਿਸਕਸ਼ਨ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ, ਉਹਨਾਂ ਤੋਂ ਪੁੱਛਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੈਂ ਸ਼ੁਰੂਆਤ ਕਰਨੀ ਚਾਹੁੰਦਾ ਸੁੱਚਾ ਸਿੰਘ ਲੰਗਾਹ ਵਾਪਸ ਆ ਗਏ। ਦੇਖੋ ਗੱਲ ਪਤਾ ਕੀ ਹੈ ਸਾਹਿਬ ਸਿੰਘ ਜੀ, ਆਪਣੀ ਆਪਣੀ ਹਰੇਕ ਦਾ ਵਿਖਲੇਖਣ ਹੁੰਦਾ, ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ, ਔਰ ਜਿਨ੍ਹਾਂ ਨੇ ਟਿੱਪਣੀ ਕੀਤੀ ਹੈ ਉਹਨਾਂ ਦੀ ਆਪਣੀ ਵਿਚਾਰਧਾਰਾ, ਉਹਨਾਂ ਦੀ ਆਪਣੀ ਸਮਝ ਹੈਗੀ ਆ। ਮੇਰੇ ਹਿਸਾਬ ਨਾਲ ਜੇ ਮੈਂ ਇਸ ਗੱਲ ਤੁਹਾਡੀ ਗੱਲ ਦਾ ਜਵਾਬ ਦੇਵਾਂ, ਤਾਂ ਨੋ, ਇਹਦੇ 'ਚ ਸ਼ੱਕ ਕੋਈ ਨਹੀਂ ਹੈ ਕਿ ਅਕਾਲੀ ਦਲ ਇੱਕ ਡੁੱਬਦਾ ਜਹਾਜ਼ ਹੈ, ਕਿ ਮੌਜੂਦਾ ਜਿਹੜੀਆਂ ਪਰਿਸਥਿਤੀਆਂ ਹੈਗੀਆਂ ਉਹ ਅਕਾਲੀ ਦਲ ਦੇ ਖਿਲਾਫ ਹੈ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤਨਖਾਹੀਆ ਘੋਸ਼ਿਤ ਕੀਤੇ ਜਾ ਸਕਦੇ ਨੇ, ਬੜੇ ਕੀਤੇ ਗਏ ਨੇ, ਬਹੁਤ ਸੰਗੀਨ ਆਰੋਪ ਜਿਹੜੇ ਆ ਉਹ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਲੱਗੇ ਨੇ, ਅਤੇ ਉਹਨਾਂ ਨੇ ਇਹ ਆਰੋਪ ਦੋਸ਼ ਹੈ ਜਿਹੜੇ ਉਹਨਾਂ ਨੇ ਇਹਨਾਂ ਨੂੰ ਮੰਨ ਕੇ ਆਪਣੀ ਝੋਲੀ ਵੀ ਪਾ ਲਿਆ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਰਾਮ ਰਹੀਮ ਨੂੰ ਮਾਫੀ ਦਿਵਾਉਣਾ, ਹੋਰ ਬੜੇ ਮਸਲੇ ਨੇ, ਚਾਰ ਮਸਲੇ ਜਿਹੜੇ ਆ ਹਜੇ ਦੱਸੇ ਨੇ, ਹਜੇ ਕਈ ਮਸਲੇ ਜਿਨ੍ਹਾਂ ਵਿੱਚ ਪੰਜਾਬ ਦੇ ਵਿੱਚ DGP ਸੁਮੇਧ ਸੈਣੀ ਨੂੰ ਲਗਾਉਣਾ, ਹੋਰ ਇੱਦਾਂ ਦੇ ਦੋ ਮਸਲੇ ਹੋਰ ਨੇ, ਲੇਕਿਨ ਕਈ ਮਸਲੇ ਹਜੇ ਚੁੱਕੇ ਵੀ ਨਹੀਂ ਗਏ ਨੇ, ਜਿਨ੍ਹਾਂ ਵਿੱਚ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਵਾਹਕ ਜੱਥੇਦਾਰ ਦਾ ਪੁਲਿਸ ਦੇ ਵਿੱਚ ਫੇਕ ਐਨਕਾਊਂਟਰ ਹੋਵੇ, ਉਹਨਾਂ ਨੂੰ ਕੋਹੇ ਦੇ ਕੇ ਮਾਰਿਆ ਗਿਆ ਹੋਵੇ, ਅਤੇ ਉਹਨਾਂ ਦੀ ਲਾਸ਼ ਨੂੰ ਖੁਰਦ ਬੁਰਦ ਕੀਤਾ ਗਿਆ ਹੋਵੇ, ADGP ਦੀ ਰਿਪੋਰਟ ਪਈ ਹੋਵੇ, ਅਤੇ 3 ਵਾਰ ਅਕਾਲੀ ਦਲ ਦੀ ਸਰਕਾਰ ਬਣੀ ਹੋਵੇ ਅਤੇ ਉੱਤੇ ਕਾਰਵਾਈ ਨਾ ਹੋਈ ਹੋਵੇ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਕਾਲੀ ਦਲ ਦੇ ਉੱਤੇ ਦੋਸ਼ ਨੇ, ਔਰ ਅਕਾਲੀ ਦਲ ਦੇ ਉੱਤੇ ਜਵਾਬਦੇਹ ਬਣਦਾ, ਅਤੇ ਲੋਕਾਂ ਨੂੰ ਜਵਾਬ ਵੀ ਦੇਣਾ ਪੈਣਾ, ਔਰ ਅਕਾਲੀ ਦਲ ਦਾ ਵੋਟ ਪਰਸੈਂਟੇਜ ਜਿੱਤ ਚੁੱਕਾ, ਔਰ ਸਰਦਾਰ ਸੁੱਚਾ ਸਿੰਘ ਲੰਗਾਹ ਦਾ ਅਕਾਲੀ ਦਲ 'ਚ ਜਾਣਾ ਨਿਸ਼ਚਿਤ ਤੌਰ 'ਤੇ ਇੱਕ ਜਿਹੜਾ ਵਾ
ਇਦਾਂ ਦੇ ਜਿਹੜਾ ਤੁਸੀਂ ਮੈਨੂੰ ਵਾਕ ਸੁਣਾਇਆ ਇਹ ਵਾਕਈ ਵਾਕ ਫਿੱਟ ਬੈਠਦਾ। ਲੇਕਿਨ ਗੱਲ ਇਹ ਹੈ ਕਿ ਸੁੱਚਾ ਸਿੰਘ ਲਗਾ ਕਰੇ ਕੀ, ਮੈਨੂੰ ਦੱਸੋ ਕਰੇ ਕੀ? ਉਹਨੂੰ ਨਾ ਤਾਂ ਕਾਂਗਰਸ ਨੇ ਲੈਣਾ ਅਤੇ ਨਾ ਉਹ ਕਾਂਗਰਸ ਕੋਲ ਜਾ ਕੇ ਰਾਜੀ ਹੈ। ਭਾਰਤੀ ਜਨਤਾ ਪਾਰਟੀ ਦਾ ਉਹ ਕਿਉਂਕਿ ਇੱਕ ਜਿਹੜਾ ਪੰਥਕ ਵੋਟ ਦੇ ਇਲਾਕੇ ਦੇ ਵਿੱਚ ਉਹਦਾ ਵਿਧਾਨ ਸਭਾ ਖੇਤਰ ਹੈ, ਉੱਥੇ ਉਹ ਜਾ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ 'ਚ ਉੱਥੇ ਵੋਟ ਬੈਂਕ ਭਾਰਤੀ ਜਨਤਾ ਪਾਰਟੀ ਦਾ ਬਹੁਤ ਘੱਟ ਹੈ। ਆਮ ਆਦਮੀ ਪਾਰਟੀ ਉਹਨੂੰ ਲੈਣਾ ਨਹੀਂ ਚਾਹੁੰਦੀ ਅਤੇ ਜਾਏਗਾ ਕੀ? ਮੈਨੂੰ ਰਸਤਾ ਦੱਸ ਦਿਓ ਕਿਹੜਾ ਉਹਦੇ ਕੋਲ, ਸਿਆਸੀ ਭਵਿੱਖ ਦਾ ਕੀ ਕਰੇਗਾ? ਰਸਤਾ ਤਾਂ ਸਿਰਫ ਅਕਾਲੀ ਦਲ ਦਾ ਬਚਦਾ। ਹਾਂ, ਦੋ ਜਗ੍ਹਾ, ਇੱਕ ਤਾਂ ਜਿਹੜੀ ਉਹਨੂੰ ਅਦਾਲਤ ਹੈ ਉਹਨੂੰ ਉਹਨੇ ਦੋਸ਼ ਮੁਕਤ ਕਰਾਰ ਦੇ ਦਿੱਤਾ ਕਿ ਸੁੱਚਾ ਸਿੰਘ ਲਗਾ ਹੁਣ ਦੋਸ਼ੀ ਨਹੀਂ ਹੈਗੇ। ਸਿੱਖਾਂ ਦੀ ਸਰਵੋੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਸਜ਼ਾ ਸੁਣਾ ਕੇ ਉਹਨੂੰ ਜਿਹੜਾ ਉਹਨੇ ਸਜ਼ਾ ਪੂਰੀ ਕਰ ਲਈ ਹੈ ਅਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਸਿੱਖ ਕੌਮ ਦੇ ਵਿੱਚ ਉਹਨੇ ਅਸੈਪਟੇਬਿਲਟੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਖ ਕੌਮ ਨਾਲ ਉਹ ਗੱਲਬਾਤ ਕਰ ਸਕਦਾ, ਗੁਰਦੁਆਰਾ ਸਾਹਿਬਾਨ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਜਾ ਸਕਦਾ, ਰੋਟੀ ਬੇਟੀ ਸਾਂਝੀ ਕਰ ਸਕਦਾ, ਉਹਦੀ ਹੁਣ ਉਹਨੂੰ ਖੁੱਲ੍ਹ ਮਿਲ ਗਈ ਹੈ। ਅਤੇ ਪੰਥਕ ਪਾਰਟੀ ਉਹਦੇ ਕੋਲ ਬਚਦੀ ਹੈ, ਹੋਰ ਕੋਈ ਰਸਤਾ ਤਾਂ ਬਚਦਾ ਨਹੀਂ। ਜੇ ਰਸਤਾ ਇੱਕੋ ਜਾਂਦਾ ਜਾਂ ਆਪਣਾ ਸਿਆਸੀ ਭਵਿੱਖ ਖਤਮ ਕਰਕੇ ਘਰ ਬੈਠ ਜਾਵੇ। ਹੁਣ ਦੂਸਰੀ ਜਿਹੜੀ ਗੱਲ ਹੈ ਕਿ ਡੇਰਾ ਬਾਬਾ ਨਾਨਕ ਦੀ ਚੋਣ ਆਉਣ ਵਾਲੀ ਹੈ, ਅਕਾਲੀ ਦਲ ਨੂੰ ਵੀ ਉਹਦੀ ਲੋੜ ਹੈ। ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ ਤਾਂ ਲੜਨੀ ਹੈ ਨਾ, ਤਿਆਰੀਆਂ ਹੋ ਗਈਆਂ ਸ਼ੁਰੂ, ਅਤੇ ਅਕਾਲੀ ਦਲ ਨੂੰ ਉਹਦੀ ਲੋੜ ਹੈ। ਹੋ ਸਕਦਾ ਉਹਨਾਂ ਨੂੰ ਟਿਕਟ ਵੀ ਦੇ ਦੇਣ ਅਕਾਲੀ ਦਲ, ਕਿਉਂਕਿ ਉੱਥੇ ਉਹਨਾਂ ਕੋਲ ਉਮੀਦਵਾਰ ਵੀ ਕੋਈ ਹੈ ਨਹੀਂ ਤਗੜਾ ਜਿਹੜਾ ਕੋਈ ਲੜਾਈ ਲੜ ਸਕੇ। ਲੇਕਿਨ ਇੱਕ ਜਿਹੜੀ ਮੈਂ ਪੁਰਾਣੇ ਟਾਈਮ ਤੋਂ ਹੁਣ ਤੱਕ ਦੀ ਚੀਜ਼ ਨੂੰ ਸਮਝ ਰਿਹਾ, ਇਹ ਵਾਕਈ ਉਦਾਹਰਨਾਂ ਵੀ ਇਹਦੇ ਵਿੱਚ ਬਣੀਆਂ ਹੋਈਆਂ ਔਰ ਇਹ ਚੀਜ਼ ਬਲੈਕ ਐਂਡ ਵਾਈਟ ਕਲੀਅਰ ਵੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਪਾ ਕੇ ਜਿਹੜਾ ਬੰਦਾ ਸਿੱਖ ਕੌਮ ਦੇ ਜਾਂ ਪੰਥਕ ਪਾਰਟੀ ਚਾਹੁੰਦਾ ਉਹ ਦੁਬਾਰਾ ਚੜ੍ਹਦਾ ਨਹੀਂ ਹੈ, ਉਹ ਸਿਰਮੌਰ ਨਹੀਂ ਬਣ ਸਕਦਾ। ਉਹਨੂੰ ਲੋਕ ਅਕਾਲ ਤਖਤ ਸਾਹਿਬ ਤਾਂ ਮਾਫ਼ ਕਰ ਦਿੰਦੇ ਆ ਪਰ ਲੋਕਾਂ ਦੇ ਦਿਲਾਂ 'ਚੋਂ ਨਹੀਂ ਗੱਲ ਨਿਕਲਦੀ। ਸੁੱਚਾ ਸਿੰਘ ਲਗਾ ਬੇਸ਼ੱਕ ਅਕਾਲੀ ਦਲ ਦੇ ਵਿੱਚ ਚਲੇ ਜਾਣ, ਕਿਉਂਕਿ ਇਹਨਾਂ ਨੇ ਮਾਰਚ ਮਹੀਨੇ ਦੀ ਐਪਲੀਕੇਸ਼ਨ ਦਿੱਤੀ ਸੀ ਬਈ ਮੈਂ ਵਾਪਸ ਅਕਾਲੀ ਦਲ 'ਚ ਆਉਣਾ ਚਾਹੁੰਦਾ, ਮੈਂ ਜੰਮਿਆ ਅਕਾਲੀ ਹਾਂ ਅਤੇ ਮੈਂ ਆਪਣਾ ਜ਼ਿੰਦਗੀ ਅਕਾਲੀ ਦਲ 'ਚ ਹੀ ਰਹਿਣਾ ਚਾਹੁੰਦਾ। ਅਤੇ ਮਾਰਚ ਤੋਂ ਬਾਅਦ ਅਪ੍ਰੈਲ ਨਿਕਲ ਗਿਆ, ਮਈ, ਜੂਨ, ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ, ਅਕਤੂਬਰ 'ਚ ਆ ਕੇ ਉਹਨੂੰ ਪਾਰਟੀ 'ਚ ਸ਼ਾਮਿਲ ਕਰਾ ਦਿੱਤਾ ਜਦੋਂ ਜਿਮਣੀ ਚੋਣ ਸਿਰ 'ਤੇ ਆ ਗਈ। ਅਤੇ ਨੋ ਡਾਊਟ ਕਿਤੇ ਕਮਿਟਮੈਂਟ ਵੀ ਹੋਈਆਂ ਹੋਣੀਆਂ, ਲੇਕਿਨ ਗੱਲ ਇਹ ਹੈ ਕਿ ਜਦੋਂ ਸੁੱਚਾ ਸਿੰਘ ਲੰਗਾ ਲੋਕਾਂ 'ਚ ਵਿਚਰੇਗਾ ਤਾਂ ਲੋਕਾਂ ਦੇ ਵਿੱਚ ਉਹ ਵੀਡੀਓ ਜ਼ਰੂਰ ਯਾਦ ਆਏਗੀ ਜਿਹੜੀ ਉਹਨਾਂ ਨੇ ਦੇਖੀ ਹੈ, ਬਈ ਅੰਮ੍ਰਿਤਧਾਰੀ ਸਿੱਖ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਮਾਫ਼ ਕਰਤਾ, ਉਹਨਾਂ ਦਾ ਹੁਕਮ ਸਿਰ ਮੱਥੇ ਖਿੜੇ ਮੱਥੇ ਪ੍ਰਵਾਨ ਹੈ, ਅਦਾਲਤ ਨੇ ਮਾਫ਼ ਦੋਸ਼ ਮੁਕਤ ਦੇਤਾ ਉਹਦਾ। ਲੇਕਿਨ ਜਿਹੜੀ ਦੋਸ਼ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਹੈ ਉਹ ਗੱਲ ਨਹੀਂ ਨਿਕਲ ਸਕਦੀ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ ਅਤੇ ਇੰਦਰਾ ਗਾਂਧੀ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ। ਅੱਜ ਉਹਦੀ ਇੰਦਰਾ ਗਾਂਧੀ ਦਾ ਮੁੰਡਾ ਰਾਜੀਵ ਗਾਂਧੀ, ਰਾਜੀਵ ਗਾਂਧੀ ਦਾ ਮੁੰਡਾ ਰਾਹੁਲ ਗਾਂਧੀ। ਰਾਹੁਲ ਗਾਂਧੀ ਵੀ ਜਦੋਂ ਲੋਕ ਗੱਲ ਕਰਦੇ ਆ ਤਾਂ ਸਿੱਖਾਂ ਦੇ ਵਿੱਚ ਉਹ ਨਸਲਕੁਸ਼ੀ ਯਾਦ ਆ ਜਾਂਦੀ ਹੈ, ਸਿੱਖਾਂ ਦੇ ਵਿੱਚ ਉਹ ਗੱਲ ਯਾਦ ਆ ਜਾਂਦੀ ਹੈ ਵੀ ਇਹਦੇ ਦਾਦੀ ਨੇ ਕਿੱਦਾਂ ਕਾਂਡ ਕੀਤਾ ਸੀ, ਕਿਵੇਂ ਦਰਬਾਰ ਸਾਹਿਬ 'ਤੇ ਅਟੈਕ ਕੀਤਾ। ਲੋਕਾਂ ਦੇ ਦਿਲਾਂ 'ਚੋਂ ਗੱਲ ਥੋੜ੍ਹਾ ਨਿਕਲਦੀ ਹੈਗੀ ਹੈ, ਨਹੀਂ ਨਿਕਲਦੀ ਨਾ, ਜਿੱਥੇ ਵੀ ਮਰਜ਼ੀ ਗੱਲ ਸ਼ੁਰੂ ਹੋ ਜੇ। ਜਦੋਂ ਗੱਲ ਸ਼ੁਰੂ ਹੁੰਦੀ ਹੈ ਬਈ ਯਾਰ ਸਾਡਾ ਕਿਸਾਨ, ਸਾਡੇ ਸਿੱਖ,
ਬਾਰਡਰ 'ਤੇ ਸ਼ਹੀਦ ਹੋਏ 750 ਕਿਸਾਨ, ਜਿਹੜਾ 2 ਸਾਲ ਬੈਠੇ, 1.5-2 ਸਾਲ ਬੈਠੇ ਰਹੇ, ਉਹਨਾਂ 750 ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ। ਉਹ ਗੱਲ ਦਿਲ 'ਚੋਂ ਥੋੜ੍ਹਾ ਨਿਕਲਣੀ ਹੈ, ਪਤਾ ਨਹੀਂ ਕਿੰਨੀਆਂ ਸਦੀਆਂ ਤੱਕ ਅੱਗੇ ਚੱਲਣੀ। ਸੋ ਭਾਵੇਂ ਨਰਿੰਦਰ ਮੋਦੀ ਨੇ ਉਹ 'ਚ ਮਾਫ਼ੀ ਮੰਗ ਲਈ, ਕਿਸਾਨੀ ਕਾਨੂੰਨ ਵਾਪਸ ਲੈ ਗਏ, ਲੇਕਿਨ ਅੱਜ ਵੀ ਦੇਖੋ ਤੁਸੀਂ ਕਿਸੇ ਨਾ ਕਿਸੇ ਪਲੇਟਫਾਰਮ 'ਤੇ ਕੋਈ ਗੱਲ ਚੱਲਦੀ ਹੈ ਤਾਂ ਉਹਦਾ ਜ਼ਿਕਰ ਆ ਜਾਂਦਾ। ਅਤੇ ਮੇਰੇ ਕਹਿਣ ਦਾ ਇਹ ਮਤਲਬ ਹੈਗਾ ਕਿ ਜਿਹੜੀ ਉਹ ਵੀਡੀਓ ਹੈ ਉਹ ਲੋਕਾਂ ਦੇ ਦਿਲਾਂ 'ਚੋਂ ਨਹੀਂ ਨਿਕਲਣੀ। ਤੀਸਰੀ ਜਿਹੜੀ ਗੱਲ ਹੈ ਕਿ ਇਹਨਾਂ ਦਾ ਬੇਟਾ ਡਰੱਗ ਦੇ ਵਿੱਚ ਪਕੜਿਆ ਜਾ ਚੁੱਕਾ, ਪੰਜਾਬ ਡਰੱਗ ਦੇ ਨਾਲ ਲੜਾਈ ਲੜ ਰਿਹਾ, ਪ੍ਰਕਾਸ਼ ਸਿੰਘ ਉਹਨਾਂ ਦਾ ਬੇਟਾ ਸੀ, ਲੰਘਾ ਹਿਮਾਚਲ ਦੇ ਵਿੱਚ ਸ਼ਿਮਲੇ ਦੇ ਵਿੱਚ ਫੜਿਆ ਗਿਆ ਸੀ ਹੈਰੋਇਨ ਦੇ ਨਾਲ, ਚਿੱਟੇ ਦੇ ਨਾਲ। ਅਤੇ ਇਹ ਗੱਲ ਵੀ ਲੋਕਾਂ ਦੇ ਜਿਹਨ ਦੇ ਵਿੱਚ ਹੈਗੀ ਆ ਬਈ ਇਹ ਚੀਜ਼ਾਂ ਸਾਡੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਚਿੱਟੇ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਅਤੇ ਇਹਨਾਂ ਦਾ ਮੁੰਡਾ ਚਿੱਟੇ ਨਾਲ ਫੜਿਆ ਗਿਆ। ਹੋਰ ਬੜੇ ਮਸਲੇ ਹੈਗੇ ਨੇ। ਹਾਂ, ਗੱਲ ਇਹ ਹੈ ਕਿ ਅਕਾਲੀ ਦਲ ਕੋਲ ਕ੍ਰਾਈਸਿਸ ਹੈ। ਕ੍ਰਾਈਸਿਸ ਦਾ ਮਤਲਬ ਅਕਾਲੀ ਦਲ ਨੂੰ ਇਸ ਟਾਈਮ ਲੀਡਰ ਚਾਹੀਦੇ। ਉਹਨਾਂ ਪੁੱਛਣਾ ਚਾਹੁੰਦਾ ਜੇ ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਆ, ਤੁਸੀਂ ਦੱਸ ਰਹੇ ਹੋ ਕਿ ਇਹ ਸੀਨੀਅਰ ਲੀਡਰਸ਼ਿਪ ਨੂੰ ਅੰਦਾਜ਼ਾ ਨਹੀਂ ਹੋਵੇਗਾ। ਹੁਣ ਸੀਨੀਅਰ ਲੀਡਰਸ਼ਿਪ ਕੀ ਕਰੇ, ਉਹਨਾਂ ਕੋਲ ਵਿਚਾਰਿਆਂ ਕੋਲ ਹੈ ਹੀ ਨਹੀਂ, ਹੁਣ ਲੀਡਰ ਹੀ ਨਹੀਂ ਉਹਨਾਂ ਕੋਲ ਹੈਗੇ। ਉਹਨਾਂ ਕੋਲ 3 ਤਾਂ MLA ਆ, ਉਹਨਾਂ ਦੇ 3ੋਂ ਦਾ ਉਹਨਾਂ ਨਾਲ ਬੋਲਦੇ ਨਹੀਂ ਗੇ। ਇੱਕ ਤਾਂ ਚਲੇ ਗਏ ਨੇ, ਠੀਕ ਹੈ, ਦੂਜੇ ਮੀਟਿੰਗਾਂ 'ਚ ਨਹੀਂ ਆਉਂਦੇ, ਅਤੇ ਤੀਜੇ ਨਾਲ ਉੱਦਾਂ ਅੰਦਰ ਖਾਤੇ ਖੱਟ ਪੱਟ ਹੋਈ ਪਈ ਆ। ਪਾਰਟੀ ਕੋਲ ਹੈ ਨਹੀਂ ਨਾ ਲੀਡਰ। ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਾਰਜਕਾਲ ਦੇ ਵਿੱਚ ਅਕਾਲੀ ਦਲ ਦਾ ਬਹੁਤ ਨੁਕਸਾਨ ਹੋਇਆ। ਲੋਕ ਭਾਵੇਂ ਮੈਨੂੰ ਕਹਿ ਦੇਣ ਬਈ ਤੁਸੀਂ ਬਈ ਉਹਨਾਂ ਦੇ ਖਿਲਾਫ ਬੋਲਦੇ ਹੋ, ਮੈਂ ਉਹਨਾਂ ਦੇ ਖਿਲਾਫ਼ ਨਹੀਂ ਬੋਲਦਾ। ਇੱਕ ਉਸ ਦਰਦ ਨੂੰ ਮੈਂ ਜ਼ਾਹਰ ਕਰਦਾ ਕਿ ਪੰਜਾਬ ਦੀ ਪੰਥਕ ਪਾਰਟੀ, ਜਿਹਨੇ ਪੰਜਾਬ ਦੀ ਆਵਾਜ਼ ਚੁੱਕਣੀ ਹੈ, ਜਿਹਨੇ ਹਿੰਦੁਸਤਾਨ ਦੇ ਵਿੱਚ ਆਵਾਜ਼ ਬਣ ਕੇ ਖੜ੍ਹੇ ਹੋਣਾ। ਸਾਰੇ ਲੋਕਾਂ ਨੂੰ ਹਿਸਟਰੀ ਪੜ੍ਹਨੀ ਚਾਹੀਦੀ ਹੈ ਵੀ ਪੰਜਾਬੀ ਸੂਬਾ ਬਣਿਆ ਕਿਉਂ। ਪੰਜਾਬੀ ਸੂਬਾ ਬਣਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਹੈ। ਜੇ ਐਮਰਜੈਂਸੀ ਦੇਸ਼ ਦੇ ਵਿੱਚ ਲਾਗੂ ਨਹੀਂ ਹੋ ਸਕੀ ਤਾਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਹੈ। ਜੇਲ੍ਹਾਂ ਭਰੀਆਂ 18 ਮਹੀਨੇ, ਲੋਕ ਗੱਲ ਨਹੀਂ ਸਮਝਦੇ। ਹੁਣ ਗੱਲ ਕੌਣ ਕਰੂਗਾ ਪੰਜਾਬ ਦੀ, ਮੈਨੂੰ ਇਹ ਦੱਸੋ ਨਾ। ਗੱਲ ਤਾਂ ਗੱਲ ਹੈ ਕਿ ਦਿੱਲੀ ਜਾ ਕੇ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ। ਦਰਦ ਇਹ ਹੁੰਦਾ ਵੀ ਪੰਜਾਬ ਦੇ ਲਈ ਜਿਹੜੀ ਖੜ੍ਹੇ ਹੋਣ ਵਾਲੇ ਵੱਡੇ ਲੋਕ ਨੇ ਜਾਂ ਪਾਰਟੀ ਆ, ਉਹ ਪਾਰਟੀ ਆ ਜ਼ਮੀਨ 'ਤੇ ਆ ਗਈ ਤਾਂ ਪੰਜਾਬ ਦੀ ਗੱਲ ਕਰੂ ਕੌਣ। ਤੀਸਰੀ ਜਿਹੜੀ ਵੱਡੀ ਗੱਲ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਦੇਖੋ ਨਾ, ਹੁਣ ਜਿਵੇਂ ਆਦੇਸ਼ ਪ੍ਰਤਾਪ ਕਹਿ ਰਹੇ ਹਾਂ ਕੱਢਤਾ, ਸੀਟਾਂ ਖਾਲੀ ਇੱਦਾਂ ਦੀਆਂ ਪਈਆਂ ਹੋਈਆਂ ਜਿੱਥੇ ਇਹਨਾਂ ਕੋਲ ਲੀਡਰਸ਼ਿਪ ਹੀ ਹੈ ਨਹੀਂ ਗੀ। ਅਕਾਲੀ ਦਲ ਕੋਲ ਲੀਡਰਸ਼ਿਪ ਹੀ ਹੈ ਨਹੀਂ ਗੀ। ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਬਈ, ਜੇ ਮੈਂ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਦੀਆਂ ਗੱਲ ਕਰਾਂ, ਪਵਨ ਟੀ ਨੂੰ ਰਿਪ੍ਰਜੈਂਟ ਕਰਦੇ ਸੀ ਆਦਮਪੁਰ ਨੂੰ, ਉਹ ਛੱਡ ਕੇ ਚਲੇ ਗਏ। ਗੁਰਪ੍ਰਤਾਪ ਬਡਾਲਾ ਰਿਪ੍ਰਜੈਂਟ ਕਰਦੇ ਸੀ ਉਹਦੇ ਨੂੰ, ਉਹ ਚਲੇ ਗਏ। ਇਹਨਾਂ ਕੋਲ ਤਾਂ ਪ੍ਰਗਟ ਸਿੰਘ ਇਹਨਾਂ ਦੇ MLA ਹੁੰਦੇ ਸੀ, ਉਹ ਛੱਡ ਕੇ ਚਲੇ ਗਏ। ਇਹਨਾਂ ਕੋਲ ਲੀਡਰ ਕਿਹੜਾ ਲੜਨ ਲਈ, ਤਾਂ ਮੈਂ ਤਾਂ ਅਕਾਲੀ ਦਲ ਦੇ ਲੀਡਰ ਹੀ ਹੈ ਨਹੀਂ ਗਏ ਨਜ਼ਰ ਆਉਂਦੇ ਪਏ। ਸੋ ਸੁੱਖੀ ਮੰਨ ਲਓ ਹੁਣ ਉੱਥੋਂ ਚਲੇ ਗਏ ਨੇ, ਕਿਹਨੂੰ ਲੜਾਉਣਗੇ, ਲੀਡਰ ਕਿੱਥੋਂ ਲਿਆਉਣਗੇ, ਠੀਕ ਹੈ ਨਾ। ਰਵੀ ਕਰਨ ਕੱਲ੍ਹੋਂ ਹੈ ਡੇਰਾ, ਬਹੁਤ ਸੀਟਾਂ ਜਿਹੜੀਆਂ ਹੁਣ ਅਕਾਲੀ ਦਲ ਨੂੰ ਤਾਂ ਲੋੜ ਹੈ ਲੀਡਰਾਂ ਦੀ, ਬਈ ਕੋਈ ਨਾ ਕੋਈ ਤਾਂ ਲਿਆਓ, ਬਈ ਪਾਰਟੀ ਲੜੇ ਤਾਂ ਸਹੀ, ਚੋਣਾਂ ਲੜਨ ਜੋਗੀ ਤਾਂ ਹੋਵੇ। ਔਰ ਜਿਹੜਾ ਗੱਲ ਇਹ ਹੈ ਕਿ ਸੁੱਚਾ ਸਿੰਘ ਲੰਗਾਹ ਕੋਲ ਰਸਤਾ ਕੋਈ ਨਹੀਂ ਸੀ ਰਾਜੇ, ਹੋਰ ਕੋਈ ਰਸਤਾ ਨਹੀਂ ਹੈਗਾ ਸੀ ਉਹਦੇ ਕੋਲ। ਇੱਕੋ ਹੀ ਰਸਤਾ ਸੀ ਜਿਹੜਾ ਅਕਾਲੀ ਦਲ ਦੇ ਘਰ ਨੂੰ ਜਾਂਦਾ ਸੀ, ਉਹ ਉੱਧਰੋਂ ਚਲੇ ਗਏ ਨੇ। ਅਤੇ ਪਾਰਟੀ ਨੂੰ ਵੀ ਉਹਨਾਂ ਦੀ ਲੋੜ ਸੀ, ਮੈਂ ਕਹਾਂ ਕਿ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਸੀ, ਅਤੇ ਦੋਨਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਇਹ
ਇਹ ਤਾਂ ਗੱਲ ਹੋ ਗਈ ਕਿ ਚਲੋ ਸੁੱਚਾ ਸਿੰਘ ਲੰਗਾਹ ਨੂੰ ਲੋੜ ਸੀ ਜਾਂ ਇੱਦਾਂ ਇਹ ਸਥਿਤੀ ਬਣੀ ਹੋਈ ਸੀ। ਮੈਂ ਇਹ ਵੀ ਗੱਲ ਕਰਨੀ ਚਾਹੁੰਦਾ, ਇੱਕ ਨਰੇਟਿਵ ਉੱਭਰ ਕੇ ਸਾਹਮਣੇ ਆ ਰਿਹਾ ਜਿਹਦੇ 'ਤੇ ਸਰਦਾਰ ਭੁੰਦੜ ਦੇ ਉੱਤੇ ਸਵਾਲ ਚੱਕੇ ਜਾ ਰਹੇ ਆ ਕਿ ਇੱਕ ਕਾਰਜਕਾਰੀ ਪ੍ਰਧਾਨ ਨੇ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ। ਇਹ ਵੀ ਇਲਜ਼ਾਮ ਨੇ ਕਿ ਭਾਈ ਕੋਈ ਮੀਟਿੰਗ ਨਹੀਂ ਸੱਦੀ, ਨਾ ਐਗਜ਼ੈਕਟਿਵ ਆਫ ਬੋਰਡਸ ਬਿਠਾਏ, ਨਾ ਉਹਨਾਂ ਨੇ ਅੰਦਰੂਨ ਆਪਣੀ ਮੀਟਿੰਗ ਸੱਦੀ, ਕੁਛ ਵੀ ਨਹੀਂ, ਮੈਂ ਨਾਲੋਂ ਨਾਲ ਹੀ ਫੈਸਲਾ ਕਰਤਾ। ਯਾਰ ਮੈਂ ਨਾ ਇੱਕ ਗੱਲ ਦਾ ਹਮੇਸ਼ਾ ਆਲੋਚਕ ਰਿਹਾ, ਬਈ ਅਕਾਲੀ ਦਲ ਦੇ ਵਿੱਚ ਜਿਹੜੇ ਫੈਸਲੇ ਲੈ ਰਹੇ ਅਤੇ ਲਿੱਥੇ ਜਾ ਰਹੇ ਨਾ, ਉਹਦੇ ਨਾਲ ਪਾਰਟੀ ਖੜ੍ਹੀ ਨਹੀਂ ਹੋ ਰਹੀ, ਉਲਟਾ ਨੁਕਸਾਨ ਹੋ ਰਿਹਾ। ਮੈਂ ਹਮੇਸ਼ਾ ਇਹ ਕਹਿੰਦਾ ਪਿਆ ਬਈ ਪਤਾ ਨਹੀਂ ਫੈਸਲੇ ਇਹ ਕਰਵਾਉਂਦਾ ਕੌਣ। ਤੁਹਾਨੂੰ ਯਾਦ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਜਥੇਦਾਰ ਸਾਹਿਬ ਕੋ, ਨਾਲ ਆਪਣੇ ਮਾਣਯੋਗ ਮੇਰੇ ਸਤਿਕਾਰ ਵਾਲੇ ਨੇ ਹਰਜਿੰਦਰ ਸਿੰਘ ਧਾਮੀ, ਨਾਲ 4-5-6 ਜਥੇਦਾਰ ਲੈ ਗਏ, ਨਾਲ ਲੀਡਰ ਲੈ ਗਏ। ਯਾਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਵੋ, ਕੀ ਲੋੜ ਹੈ ਆਪਾਂ ਨੂੰ ਮਤਲਬ ਉੱਥੇ ਲਿਜਾਣ ਦੀ, ਆਪਣਾ ਸ਼ਕਤੀ ਪ੍ਰਦਰਸ਼ਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕਾਹਦਾ ਸ਼ਕਤੀ ਪ੍ਰਦਰਸ਼ਨ। ਅਤੇ ਹੁਣ ਵੀ ਜੇ ਕੋਈ ਇੱਦਾਂ ਦੇ ਫੈਸਲੇ ਲੈਂਦੇ ਨੇ, ਮੈਨੂੰ ਨਹੀਂ ਇਹ ਸਮਝ ਆਉਂਦੀ ਫੈਸਲੇ ਲੈਂਦਾ ਕੌਣ ਪਿਆ, ਇਹਨਾਂ ਨੂੰ ਸਲਾਹਾਂ ਕੌਣ ਦਿੰਦਾ ਪਿਆ। ਇਹ ਉਲਟਾ ਇਹਨਾਂ ਦਾ ਨੁਕਸਾਨ ਕਰਨ ਵਾਲੀਆਂ ਸਲਾਹਾਂ ਹੁੰਦੀਆਂ। ਬਈ ਮਾਰਚ ਮਹੀਨੇ ਦੀ ਐਪਲੀਕੇਸ਼ਨ ਪਈ ਆ ਅਤੇ ਲੈਣਾ ਹੁੰਦਾ ਤੁਸੀਂ ਮਾਰਚ ਅਪ੍ਰੈਲ 'ਚ ਲੈ ਲੈਂਦੇ। ਤੁਸੀਂ ਆ ਕੇ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਜਾ ਚੁੱਕੇ ਆ ਸਾਰੇ ਮੰਤਰੀਆਂ ਨੂੰ ਜਿਹੜੇ 2007 ਤੋਂ 17 ਤੱਕ ਰਹੇ ਆ, ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤੇ ਜਾ ਚੁੱਕੇ ਆ। ਮੇਰੀ ਤਾਂ ਕਹਿਣ ਦੀ ਇਹ ਹੈਗੀ ਮਨਸ਼ਾ ਵੀ ਹਜੇ ਅਕਾਲੀ ਦਲ ਦੇ ਤਾਂ ਆਪਣਾ ਖਤਰਾ ਮੰਡਰਾਉਂਦਾ ਪਿਆ ਅਤੇ ਤੁਸੀਂ ਵਿੱਚ ਜਾ ਕੇ ਇੱਕ ਸੁੱਚਾ ਸਿੰਘ ਲੰਗਾਹ ਨੂੰ ਹੋਰ ਲੈ ਲਓ, ਠੀਕ ਹੈ ਬਈ ਹੁਣ ਕਿੰਤੂ ਪਰੰਤੂ ਕੋਈ ਨਹੀਂ ਹੈ, ਲੇਕਿਨ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਹੈ ਉਹ ਗੱਲ ਨੂੰ ਕਿੱਦਾਂ ਕੱਢੋਗੇ, ਕਿਵੇਂ ਕੱਢੋਗੇ? ਲੋਕਾਂ ਦੇ ਅੰਦਰ ਜਿਹੜੀ ਗੱਲ ਵਸੀ ਹੋਈ ਹੈ, ਜਿਹੜੀ ਉਹ ਉਹਨਾਂ ਨੂੰ ਗੱਲਾਂ ਯਾਦ ਆ ਰਹੀਆਂ ਵੀਡੀਓ ਦੇਖ ਕੇ, ਉਹ ਗੱਲ ਨੂੰ ਲੋਕਾਂ ਦੇ ਜਿਹਨ 'ਚੋਂ ਕਿੱਦਾਂ ਕੱਢੋਗੇ? ਇਹ ਅਕਾਲੀ ਦਲ ਲਈ ਕੱਢਣਾ ਕੋਈ ਸੌਖਾ ਥੋੜ੍ਹਾ। ਮੈਨੂੰ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂ ਪਾਰਟੀ ਨੂੰ ਕਿੰਨੇ ਕਿੱਦਾਂ ਮਤਲਬ ਕਹਿ ਤਾ ਕਿ ਚੁੱਕੇ ਤੁਸੀਂ ਆਦੇਸ਼ ਪ੍ਰਤਾਪ ਕੈਰੋਂ ਨੂੰ ਕੱਢ ਦਿਓ, ਕਿੱਦਾਂ ਤੁਸੀਂ ਕਹਿ ਦਿਓ ਬਿਕਰਮ ਸਿੰਘ ਮਜੀਠੀਆ ਵਰਗਾ ਐਡਾ ਤਗੜਾ ਧਾਕੜ ਲੀਡਰ ਤੁਸੀਂ? ਕੈਰੋਂ ਸਾਹਿਬ ਬਾਰੇ ਤਾਂ ਬੀਬੀ ਜਗੀਰ ਕੌਰ ਨੇ ਵੀ ਖੁਲਾਸਾ ਕੀਤਾ ਸੀ, ਕਹਿੰਦੇ ਕਿ ਭਾਈ ਉਹ ਤਾਂ ਗੱਲ 'ਚ ਗੂਠਾ ਦੇ ਕੇ ਕਢਾਇਆ ਗਿਆ ਸੀ। ਚਲੋ ਗੱਲ 'ਚ ਗੂਠਾ ਦੇ ਕੇ ਕਢਾਇਆ ਗਿਆ ਬਾਈ ਜੀ, ਮੈਂ ਤੁਹਾਡੀ ਗੱਲ ਸਮਝ ਗਿਆ ਗੱਲ 'ਚ, ਲੇਕਿਨ ਗੱਲ ਇਹ ਯਾਰ ਇਹ ਤਾਂ ਵਿਚਾਰ ਕਰੋ ਵੀ ਮੇਰਾ ਜੀਜਾ ਹੈ, ਇਹ ਉਸ ਟਾਈਮ ਤੋਂ ਸਾਡੇ ਨਾਲ ਪਾਰਟੀ 'ਚ ਚੱਲੇ ਆ ਰਹੇ, ਕਾਂਗਰਸ ਛੱਡ ਕੇ ਆਏ ਨੇ, ਜਿਹਦਾ ਦਾਦਾ ਪੰਜਾਬ ਦਾ ਚੀਫ ਮਿਨਿਸਟਰ ਰਿਹਾ, ਕਾਂਗਰਸ ਪਾਰਟੀ ਦੇ ਵਿੱਚ ਰਿਹਾ, ਤਾਂ ਅਸੀਂ ਉਹ ਪਾਰਟੀ ਛੱਡ ਕੇ ਸਾਡੇ ਨਾਲ ਆਏ ਨੇ, ਸਾਡੇ ਨਾਲ ਇੰਨੇ ਸਾਲਾਂ ਤੋਂ ਪਰਿਵਾਰ ਇਹ ਜੁੜਿਆ ਹੋਇਆ, ਮਾਲਵੇ ਮਾਝੇ 'ਚ ਸਾਨੂੰ ਖੜ੍ਹਾ ਰੱਖਿਆ, ਅਸੀਂ ਉਹਨੂੰ ਕੱਢਣ ਲੱਗੇ ਹਾਂ, ਯਾਰ ਇੱਦਾਂ ਥੋੜ੍ਹਾ ਰਾਤੀ ਸੁੱਤੇ ਪਏ ਕੱਢ ਦਾਂਗੇ। ਜੇ ਆਪਾਂ ਗੱਲ ਨਹੀਂ ਸਮਝਦੇ ਪਏ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੋਈ ਖੜ੍ਹਾ ਕਰ ਰਹੇ ਹਾਂ ਆਪਾਂ ਕਿਸੇ ਲੀਡਰ ਨੂੰ, ਕੌਣ ਕਹਿ ਰਿਹਾ ਬਈ ਤੁਹਾਨੂੰ ਬਈ ਉੱਥੇ ਲਿਆ ਕੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਇਹ ਸਪੀਚਾਂ ਦਿਓ? ਜਦੋਂ ਅੱਜ ਸਿੱਖ ਪੰਥ ਜਿਹੜਾ ਪੰਥਕ ਵੋਟ ਹੈ ਪੰਜਾਬ ਦਾ ਉਹ ਸਾਰਾ ਉਹਦੇ ਨਾਲ ਖੜ੍ਹਾ ਹੋ ਰਿਹਾ, ਅਤੇ ਤੁਸੀਂ ਉਹਦੇ ਖਿਲਾਫ਼ ਅਨਾਪ ਸ਼ਨਾਪ ਦੀ ਬਿਆਨਬਾਜ਼ੀ ਕਰੋ? ਇਹ ਸਲਾਹਾਂ ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਦੇ ਸਲਾਹਕਾਰ ਕੌਣ ਨੇ, ਜਾਂ ਤਾਂ ਕੋਈ ਇੱਦਾਂ ਦੇ ਹੀ ਲੋਕ ਆਸ ਪਾਸ ਆ ਗਏ ਨੇ ਜਿਹੜੇ ਚਾਹੁੰਦੇ ਨੇ ਕਿ ਅਕਾਲੀ ਦਲ ਦਾ ਹੋਰ ਨੁਕਸਾਨ ਹੋਵੇ? ਮੇਰੀ ਇਹ ਸਮਝ ਤੋਂ ਬਾਹਰ ਹੈ, ਲੇਕਿਨ ਆ ਵੀ ਜਿਹੜਾ ਫੈਸਲਾ ਹੈਗਾ ਕਿ ਮੈਨੂੰ ਇਹ ਚੁਕਾਉਣ ਵਾਲਾ ਹੈਗਾ, ਇੱਕਦਮ ਮਤਲਬ ਇਹ ਝਟਕਾ ਦੇਣ ਵਾਲਾ ਹੈਗਾ ਵੀ ਯਾਰ ਸੁੱਚਾ ਸਿੰਘ ਲੰਗਾਹ, ਹਾਂ ਠੀਕ ਹੈ ਲੈਣਾ ਉਹਦਾ ਰਾਜਨੀਤਿਕ ਜ਼ਿੰਦਗੀ ਹੈਗੀ ਅੱਗੋਂ ਕਿੰਨੇ ਸਾਲ ਹੋਰ ਹੈਗੀ ਆ, ਲੇਕਿਨ ਗੱਲ ਤਾਂ ਸਭ ਤੋਂ ਵੱਡੀ ਆ ਕਿ ਲੋਕਾਂ ਦੇ ਦਿਲਾਂ 'ਚੋਂ ਤੁਸੀਂ ਕਿਵੇਂ ਕੱਢੋਗੇ? ਕਈ ਵਾਰ ਕੀ ਹੁੰਦਾ ਅਦਾਲਤ ਬਰੀ ਕਰ ਦਿੰਦੀ ਆ, ਬਰੀ ਕਰ ਦਿੰਦੀ, ਲੇਕਿਨ ਲੋਕਾਂ ਦੇ ਮਨ ਦੇ ਵਿੱਚ ਸਵਾਲ ਖੜ੍ਹਾ ਹੋ ਜਾਂਦਾ ਕਿ ਯਾਰ ਇਹਨੇ ਉਹ ਪਾਪ ਕੀਤਾ ਸੀ, ਕਿਉਂਕਿ ਲੋਕਾਂ ਨੂੰ ਇੱਕ ਤਾਂ ਹੁੰਦਾ ਦੋਸ਼ ਲਾਉਣੇ, ਲੋਕਾਂ ਨੇ ਇੱਕ ਦੇਖਿਆ ਹੁੰਦਾ ਮੋਬਾਈਲ 'ਚ, ਕਿਹਦੇ ਮੋਬਾਈਲ 'ਚੋਂ ਵੀਡੀਓ ਨਹੀਂ ਗਈ ਦੱਸੋ ਮੈਨੂੰ, ਠੀਕ ਹੈ ਨਾ? ਇਸ ਕਰਕੇ ਪਾਰਟੀ ਨੂੰ ਇਸ ਟਾਈਮ ਜਿਹੜੀ ਸੰਕਟ ਦੀ ਘੜੀ ਹੋਵੇ, ਜਦੋਂ ਤੂਫਾਨ ਚੱਲ ਰਿਹਾ ਹੋਵੇ ਨਾ, ਸਿਆਣੇ ਕਹਿੰਦੇ ਆ ਬਈ ਕਿਸ਼ਤੀ ਨੂੰ ਦੋਨਾਂ ਸਾਈਡਾਂ ਤੋਂ ਫੜ ਕੇ ਤੂਫਾਨ 'ਚ ਬੈਠਣਾ ਚਾਹੀਦਾ, ਔਰ ਕੋਈ ਵੀ ਇੱਦਾਂ ਦਾ ਫੈਸਲਾ ਨਹੀਂ ਲੈਣਾ ਚਾਹੀਦਾ ਜਿਹਦੇ ਨਾਲ ਕਿਸ਼ਤੀ ਜਿਹੜੀ ਡੁੱਬ ਦੇਵੇ ਛੇਤੀ। ਔਰ ਲੇਕਿਨ ਮੈਂ ਜਿਹੜੇ ਸਰਕਮਸਟਾਂਸਿਸ, ਜਿਹੜੇ ਫੈਸਲੇ ਅਕਾਲੀ ਦਲ 'ਚ ਲਗਾਤਾਰ ਹੋ ਰਹੇ ਨੇ, ਜਿਹੜੀਆਂ ਗੱਲਾਂ ਹੋ ਰਹੀਆਂ,
ਉਹ ਗੱਲਾਂ ਛੋਟੀਆਂ ਨਹੀਂ ਹੈਗੀਆਂ, ਉਹ ਅਕਾਲੀ ਦਲ ਨੂੰ ਖਤਮ ਕਰਨ ਵਾਲੀਆਂ ਹੋਣੀਆਂ। ਸੁੱਚਾ ਸਿੰਘ ਲੰਗਾਹ ਵਾਲਾ ਫੈਸਲਾ ਮੈਂ ਹੋਰ ਪ੍ਰਸਾਈਜ਼ ਹੋ ਕੇ ਪੁੱਛਦਾ, ਇਹ ਫੈਸਲਾ ਸਰਦਾਰ ਭੁੰਦੜ ਹੋਣਾ ਦਾ ਆਪਣਾ ਹੈ ਜਾਂ ਫਿਰ ਇਹ ਕਿਤੋਂ ਹੋਰੋਂ ਆਇਆ, ਇਹ ਤੁਸੀਂ ਤੁਹਾਨੂੰ ਕੀ ਲੱਗਦਾ? ਭੁੰਦੜ ਸਾਹਿਬ ਫੈਸਲਾ ਨਹੀਂ ਲੈ ਸਕਦੇ, ਜੇ ਭੁੰਦੜ ਸਾਹਿਬ ਨੇ ਫੈਸਲਾ ਲੈਣਾ ਹੁੰਦਾ ਪੂਰੀ ਕੋਰ ਕਮੇਟੀ ਦੀ ਬੈਠਕ ਬੁਲਾਉਂਦੇ, ਨਾਲੇ ਉਹਦੀ ਜਿਹੜੀ ਉਹਦੀ ਜਿਹੜੀ ਅਰਜ਼ੀ ਹੈ ਉਹ ਮਾਰਚ ਮਹੀਨੇ ਦੀ ਪਈ ਹੈ, ਅਤੇ ਭੁੰਦੜ ਸਾਹਿਬ ਨੇ ਹੁਣ ਥੋੜ੍ਹਾ ਮਾਰਚ ਮਹੀਨੇ ਦੀ ਫਾਈਲ ਖੋਲ੍ਹੀ ਹੋਣੀ। ਹਾਂ, ਅਤੇ ਉਹ ਸਭ ਨੂੰ ਸਮਝਦਾਰੀ ਹੈਗੇ ਆ, ਇੱਦਾਂ ਨਹੀਂ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਤਨਖਾਹੀਆ ਘੋਸ਼ਿਤ ਹੋ ਗਏ ਨੇ ਅਤੇ ਉਹਨਾਂ ਨੂੰ ਪਾਰਟੀ ਦੇ ਕੰਮ ਕਾਜ ਜਿਹੜੇ ਉਹ ਨਹੀਂ ਉਹ ਕੰਟਰੋਲ ਕਰ ਰਹੇ, ਉਹ ਸਾਰਾ ਕੁਛ ਕੰਟਰੋਲ ਹਜੇ ਵੀ ਕਰ ਰਹੇ ਆ। ਭੁੰਦੜ ਸਾਹਿਬ ਉਹਨਾਂ ਦੇ ਨਾਲ ਪਰਿਵਾਰ ਦੇ ਮੈਂਬਰ ਨੇ, ਉਹ ਆਪ ਕਹਿੰਦੇ ਨੇ ਮੈਂ ਬਾਦਲ ਪਰਿਵਾਰ ਦਾ ਮੈਂਬਰ ਹਾਂ, ਬਾਦਲ ਪਰਿਵਾਰ ਦੇ ਬੜੇ ਮਤਲਬ ਮੇਰੇ ਨਜ਼ਦੀਕੀ ਸੰਬੰਧ ਨੇ, ਅਤੇ ਇੱਦਾਂ ਦੇ ਫੈਸਲੇ ਲਿੱਤੇ ਨਹੀਂ ਜਾ ਸਕਦੇ ਜਿਹੜੇ ਕੰਟਰਾਵਰਸ਼ੀਅਲ ਹੋਣ। ਨਹੀਂ, ਹੁਣ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਸੀਟ ਹੈ ਉਹ ਸਿਰਫ ਭਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਉੱਥੋਂ ਅਸੀਂ ਖਾਲੀ ਹੱਥ ਨਾ ਮੁੜੀਏ ਕਿਤੇ ਮਾੜਾ ਮੋਟਾ? ਬਿਲਕੁਲ ਇਹੀ ਗੱਲ ਹੈ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਇਹਨਾਂ ਨੂੰ ਲੀਡਰ ਦੀ ਲੋੜ ਹੈ ਅਤੇ ਲੰਘਾ ਨੂੰ ਪਾਰਟੀ ਦੀ ਲੋੜ ਹੈ, ਦੋਨੋਂ ਮਿਲ ਗਏ, ਦੋਨਾਂ ਦੀ ਇੱਕਜੁੱਟ ਦੀ ਜ਼ਰੂਰਤ ਪੂਰੀ ਹੋ ਗਈ ਹੈ ਅਤੇ ਇਲੈਕਸ਼ਨ ਲੜਾ ਕਿਸੇ ਥਾਈਂ ਲਾਊਗੇ ਲੰਘਾ ਇਹਨਾਂ ਨੂੰ ਕਿ ਨਹੀਂ? ਨਹੀਂ, ਦੇਖੋ ਪਤਾ ਕੀ ਹੈ, ਅਕਾਲੀ ਦਲ ਦੇ ਖਿਲਾਫ ਬਹੁਤ ਜ਼ਿਆਦਾ ਮਾਹੌਲ ਭੱਖਿਆ ਹੋਇਆ ਪੰਜਾਬ 'ਚ, ਕਿਉਂਕਿ ਇੱਕ ਹੁੰਦਾ ਵੀ ਦੋਸ਼ ਲੱਗਣੇ, ਦੋਸ਼ ਤਾਂ ਲੱਗਦੇ ਰਹਿੰਦੇ, ਇੱਕ ਹੁੰਦਾ ਵੀ ਦੋਸ਼ਾਂ ਨੂੰ ਕਬੂਲ ਕਰ ਲੈਣਾ। ਸਰਦਾਰ ਸੁਖਬੀਰ ਸਿੰਘ ਬਾਦਲ ਦੋਸ਼ ਕਬੂਲ ਕਰ ਚੁੱਕੇ ਆ ਔਰ ਇਹ ਬਹੁਤ ਵੱਡੀ ਗੱਲ ਹੈ, ਲੇਕਿਨ ਮੇਰੀ ਇੱਕ ਗੱਲ ਫਿਰ ਮੈਂ ਤੁਹਾਨੂੰ ਅੱਜ ਕਹਿੰਦਾ, ਸਾਡੇ ਲਈ ਪੰਜਾਬ ਦੇ ਲਈ ਅਕਾਲੀ ਦਲ ਦਾ ਖੜ੍ਹਾ ਹੋਣਾ ਬਹੁਤ ਜ਼ਰੂਰੀ ਹੈ, ਪੰਜਾਬ ਦੇ ਮੁੱਦਿਆਂ ਲਈ ਅਕਾਲੀ ਦਲ ਦਾ ਖੜ੍ਹਾ ਹੋਣਾ ਜ਼ਰੂਰੀ ਹੈ ਜਿਹੜਾ ਦਿੱਲੀ ਨਾਲ ਗੱਲ ਕਰ ਸਕੇ, ਲੇਕਿਨ ਉਹ ਅਕਾਲੀ ਦਲ ਜਿਹੜਾ ਵੈ ਗੋਡਿਆਂ ਦੇ ਬਲ 'ਤੇ ਨਾ ਆਵੇ, ਡੌਲਿਆਂ ਦੇ ਬਲ 'ਤੇ ਦਿੱਲੀ ਨਾਲ ਗੱਲ ਕਰੇ ਤਾਂ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਾਇਆ ਜਾ ਸਕੇ। ਔਰ ਆਉਂਦਾ ਸਮਾਂ ਦੱਸੇਗਾ ਕਿ ਸੁੱਚਾ ਸਿੰਘ ਲੰਗਾਹ ਦੇ ਆਉਣ ਨਾਲ ਪਾਰਟੀ ਕਿੱਥੇ ਤੱਕ ਪਹੁੰਚਦੀ, ਹਾਲਾਂਕਿ ਇਸ਼ਾਰੇ ਡਾਕਟਰ ਸੁਰਿੰਦਰਪਾਲ ਨੇ ਪਹਿਲਾਂ ਹੀ ਦੇ ਦਿੱਤੇ ਨੇ, ਆਉਂਦਾ ਸਮਾਂ ਜੋ ਕੁਝ ਵੀ ਲੈ ਆਊਗਾ ਤੁਹਾਨੂੰ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ।